ਮੋਬਾਈਲ ਥੱਲੇ ਕਰੋ ਬੜੇ ਬੜੇ ਅੱਛਾ ਫਿਲਮ ਦਾ ਫਿਰ ਨਿਸ਼ਾ ਫਿਲਮ ਦਾ ਨਾਂ ਹੈ ਬੂਮ ਹੈ ਮਰ ਗਈ ਜੋਗਰਾਜ ਸਰ ਸਾਡੇ ਨਾਲ ਨੇ, ਰੋਸ਼ਨ ਜੀ, ਬਾਕੀ ਵੀ ਸਾਰੀ ਸਟਾਰ ਕਾਸਟ ਆਈ ਹੋਈ ਹੈ, ਸਾਜਨ ਸਰ ਹਨਾ ਤੇ ਹੋਰ ਬਹੁਤ ਸਾਰੇ ਆਰਟਿਸਟ ਨੇ, ਅਨੀਤਾ ਦੇਵਗਨ ਮੈਮ, ਰਾਖੀ ਜੀ, ਤੇ ਸਾਰਾ ਮਤਲਬ ਜਿਵੇਂ ਕਹਿ ਦਈਏ ਇੰਡਸਟਰੀ ਦੇ ਜਿੰਨੇ ਵੀ ਵਧੀਆ ਆਰਟਿਸਟ ਆ ਉਹ ਸਾਰੇ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਰਾਜੂ ਭਾਜੀ ਨੇ ਚੰਗੇ ਚੰਗੇ ਸਿੰਗਰਸ ਵੀ ਲੈ ਲਏ ਹਨਾ, ਔਰ ਆਪਣਾ ਬੇਟਾ ਵੀ ਲਾਂਚ ਕਰ ਰਹੇ ਸ਼ਾਇਦ ਮੈਨੂੰ ਲੱਗਦਾ। ਰਾਜੂ ਭਾਜੀ ਬੇਟਾ ਵੱਡਾ ਹੋ ਗਿਆ ਹੁਣ ਸਾਡਾ ਹੈ ਨਾ, ਸੋ ਇਜ਼ੀ ਫੀਚਰ ਇਹਦੇ ਚ ਹੈ ਫਿਲਮ ਚ। ਯੋਗਰਾਜ ਸਰ ਤੁਸੀਂ ਦੱਸੋ ਇਹਦਾ ਕੀ ਰੋਲ ਹੈ ਸਰ? ਟੋਨੀ ਸਾਹਿਬ ਜੀ ਕੀ ਗੱਲ, ਕਿਸ ਤਰ੍ਹਾਂ ਮਤਲਬ ਲਾਂਚ ਕੀਤਾ ਜੀ ਵਰਮਾ ਜੀ ਦੇ ਬੇਟੇ ਨੇ? ਇਹਨਾਂ ਦਾ ਜੀ ਕਰੈਕਟਰ ਹੈਗਾ ਪਹਿਲੇ ਤਾਂ ਬੜੇ ਛੋਟੇ ਇਹਨੇ ਕੀਤੇ ਆ ਪਹਿਲੇ ਜੀ 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 ਕਾਮੇਡੀ, ਪਹਿਲਾਂ ਵੀ ਕਾਮੇਡੀ ਕਰੈਕਟਰ ਹੀ ਸੀ, ਹੁਣ ਵੀ ਇੱਕ ਨਾ ਕਾਮੇਡੀ ਕਰੈਕਟਰ ਹੀ ਹੈ। ਠੀਕ ਹੈ ਜੀ। ਵਿਜੇ ਸ਼ਰਮਾ ਸਾਹਿਬ ਜਿਹੜੇ ਉਹ ਫਿਲਮ ਦੇ ਵਿੱਚ ਇੱਕ ਸਾਧ ਦਾ ਰੋਲ ਪਲੇ ਕਰ ਰਹੇ ਆ, ਇਹਨਾਂ ਨੇ ਉਹਨਾਂ ਦਾ ਬੇਟਾ ਬਣਿਆ ਔਰ ਪਿੰਡ ਵਾਲਿਆਂ ਨੂੰ ਫਿਰ ਕਿਵੇਂ ਸਾਧ ਉਲਝਾਉਂਦੇ ਆ, ਕਿੱਦਾਂ ਕਿੱਦਾਂ ਦੇ ਪੰਗੇ ਪੈਂਦੇ ਆ। ਹਾਂ ਤੇ ਯੋਗਰਾਜ ਸਰ ਦਾ ਕਰੈਕਟਰ ਤਾਂ ਫਿਰ ਜੀ ਤੁਸੀਂ ਆਪ ਗੱਲਾਂ ਏਦਾਂ ਦੀਆਂ ਕਰਦੇ ਹੋ, ਆਹ ਜਿਹੜਾ ਸਕ੍ਰਿਪਟ ਸੀਗਾ ਜਿਹੜਾ ਇਹਨੇ ਲਿਖਿਆ, ਤੇ ਜਿਵੇਂ ਸ਼ੇਰ ਵੀ ਬਣਿਆ, ਬਾਂਦਰ ਵੀ ਬਣਿਆ, ਸਾਰਾ ਕੁਝ ਬਣਾਇਆ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਔਰ ਸੀਰੀਅਸ ਨੋਟ ਤੇ ਕਹਿਣਾ ਚਾਹੁੰਦਾ ਕਿ ਮੇਰੀ ਇੱਕ ਬੜੀ ਖੁਆਇਸ਼ ਹੁੰਦੀ ਸੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਸਾਰੇ ਪੰਜਾਬੀ ਕਲਾਕਾਰ ਕੰਮ ਕਰਨ, ਪੰਜਾਬੀ ਰਾਈਟਰ ਹੋਣ, ਪੰਜਾਬ ਦੀ ਧਰਤੀ ਦੀ ਖੁਸ਼ਬੂ ਦੇ ਲੋਕ ਹੋਣ। ਉਹ ਸੁਪਨਾ ਮੇਰਾ ਪੂਰਾ ਹੋ ਗਿਆ ਅਤੇ ਪੰਜਾਬੀ ਫਿਲਮ ਇੰਡਸਟਰੀ ਬਹੁਤ ਦੂਰ ਚਲੀ ਗਈ ਹੈ। ਇੱਕ ਮੈਂ ਗੱਲ ਜ਼ਰੂਰ ਕਹੂੰਗਾ ਜਿਹੜਾ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਜਦ ਵੀ ਕੋਈ ਫਿਲਮ ਲੱਗਿਆ ਕਰੇ ਸਾਰੇ ਮਿਲ ਕੇ ਹੱਲਾਸ਼ੇਰੀ ਮਾਰਿਆ ਕਰੋ, ਸਭ ਦੀਆਂ ਦੁਆਵਾਂ ਕਰਿਆ ਕਰੋ ਕਿ ਸਭ ਦੀਆਂ ਫਿਲਮਾਂ ਚੱਲਣ। ਪਿਛਲੀ ਵਾਰੀ 800 ਕਰੋੜ ਦਾ ਬਿਜ਼ਨਸ ਹੋਇਆ ਪੰਜਾਬੀ ਫਿਲਮ ਇੰਡਸਟਰੀ ਦਾ, ਹਾਲਾਂਕਿ ਕਈ ਫਿਲਮਾਂ ਫਲੋਪ ਵੀ ਹੋਈਆਂ, ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਫਿਲਮ ਫਲੋਪ ਹੁੰਦੀ ਉਹਦੇ 'ਤੇ ਆਪਾਂ ਨੂੰ ਥੋੜ੍ਹਾ ਕੰਸਨਟ੍ਰੇਟ ਕਰਨਾ ਚਾਹੀਦਾ, ਕਿਉਂਕਿ ਜੇ ਆਪਾਂ ਪ੍ਰੋਡਿਊਸਰ ਨੂੰ ਬਚਾ ਕੇ ਰੱਖਾਂਗੇ ਸਾਡੀ ਪੰਜਾਬੀ ਫਿਲਮ ਇੰਡਸਟਰੀ 8,000 ਕਰੋੜ 80,000 ਕਰੋੜ ਬਿਜ਼ਨਸ ਵੀ ਕਰੂਗੀ ਸਾਊਥ ਤੋਂ। ਸੋ ਇਹ ਜਿਹੜੀ ਫਿਲਮ ਹੈ ਮੈਂ ਸਮਝਦਾ ਬੜੀ ਡਿਫਰੈਂਟ ਫਿਲਮ ਹੈ, ਇੱਕ ਅਲੱਗ ਫਿਲਮ ਹੈ ਔਰ ਸਾਰਿਆਂ ਨੇ ਬਾ ਕਮਾਲ ਕੰਮ ਕੀਤਾ। ਮੈਂ ਬੜਾ ਕੁਛ ਸਿੱਖਿਆ ਆਪਣੇ ਸਾਥੀ ਕਲਾਕਾਰਾਂ ਤੋਂ, ਫਿਲਮ ਦੇ ਵਿੱਚ ਕਾਮੇਡੀ ਕੀ ਹੁੰਦੀ ਹੈ, ਪੰਚ ਕੀ ਹੁੰਦਾ, ਡਾਇਰੈਕਟਰ ਸਾਹਿਬ ਟੋਨੀ ਸਾਹਿਬ ਨੇ ਬੜਾ ਵਧੀਆ ਹੈਂਡਲ ਕੀਤਾ ਅਤੇ ਮੈਂ ਖੁਸ਼ ਨਸੀਬ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ। ਧੰਨਵਾਦ। ਸਾਡਾ ਬੱਬਰ ਸ਼ੇਰ ਕਦੋਂ ਆਏਗਾ ਫਿਲਮਾਂ 'ਚ ਸਰ? ਸਾਡੇ ਸੁਪਰ ਹੀਰੋ ਕਿਹੜੇ ਬੱਬਰ ਸ਼ੇਰ ਦੀ ਗੱਲ ਕਰਦੇ? ਯੂਵੀ
ਅਜੇ ਤਾਂ ਉਹਦੀ ਫਿਲਮ ਲਿਖੀ ਜਾ ਰਹੀ ਹੈ, ਫਿਲਮ ਬਣ ਰਹੀ ਹੈ ਤੇ ਉਹਦੇ ਤੇ ਕੰਸਨਟ੍ਰੇਟ ਕਰ ਰਿਹਾ, ਗੋਲਫ ਖੇਡ ਰਿਹਾ ਤੇ ਨਾਲੇ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਬੇਟਾ ਤੇ ਬੇਟੀ ਉਸ ਕੋਲ ਤੇ ਉਹਦੇ ਤੇ ਜ਼ਿਆਦਾ ਕੰਸਨਟ੍ਰੇਟ ਕਰ ਰਿਹਾ ਸੀ ਉਹ, ਹੈ ਤਾਂ ਵੈਸੇ ਉਹ ਫਿਲਮ ਮਟੀਰੀਅਲ ਪਰ ਪਤਾ ਨਹੀਂ ਜੇ ਮੇਰੀ ਗੱਲ ਮੰਨ ਲਵੇ ਤਾਂ, ਕਿਉਂਕਿ ਮੈਂ ਹਮੇਸ਼ਾ ਇਹਨੂੰ ਕਿਹਾ ਵੀ ਤੂੰ ਇੱਕ ਬੜਾ ਅੱਛਾ ਹੀਰੋ ਬਣ ਸਕਦਾ, ਬੜਾ ਖੂਬਸੂਰਤ ਹੈ, ਸੋ ਆਈ ਥਿੰਕ ਮੈਨੂੰ ਬੜੀ ਖੁਸ਼ੀ ਹੋਊਗੀ ਜੇ ਮੇਰੀ ਸਾਰੀ ਫੈਮਿਲੀ ਫਿਲਮ ਇੰਡਸਟਰੀ ਵਿੱਚ ਆ ਕੇ ਕੰਮ ਕਰੇ। ਪ੍ਰਾਊਡ ਆਫ ਇੰਡੀਆ ਸਰ। ਮੈਂ ਜੀ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰੇ ਚੈਨਲ ਵਾਲਿਆਂ ਦਾ, ਤੁਸੀਂ ਇੰਨੇ ਦੁਆਵਾਂ ਕੀਤੀਆਂ ਨੇ ਔਰ ਇਸ ਗੱਲ ਦੀ ਮੈਨੂੰ ਬਿਲਕੁਲ ਖੁਸ਼ੀ ਹੈ ਕਿ ਰੱਬ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਦੇਸ਼ ਵਾਸਤੇ, ਦੇਸ਼ ਵਾਸੀਆਂ ਵਾਸਤੇ ਕੁਛ ਇਹੋ ਜਿਹਾ ਨਗਮਾ ਦੇ ਚੱਲਿਆ ਜਿਹੜਾ ਰਹਿੰਦੀ ਦੁਨੀਆ ਤੱਕ ਗਾਇਆ ਜਾਵੇ। ਜੀ ਰੋਸ਼ਨ ਜੀ, ਫਿਲਮ ਦੇ ਗਾਣੇ ਤੁਸੀਂ ਗਾਏ ਨੇ? ਤੁਸੀਂ ਗਾਏ ਕੋਈ ਗਾਣਾ ਸਰ ਫਿਲਮ ਦਾ? ਕੋਈ ਅੱਛਾ ਰਿਲੀਜ਼ ਕੋਈ ਕੋਈ ਗਾਣਾ ਸੁਣਾ ਦੋ ਤੇ ਸਾਨੂੰ ਤੁਹਾਡੀ ਸੁਰੀਲੀ ਆਵਾਜ਼ ਸੁਣਨੀ ਪਏਗੀ ਸਰ। ਇਹਨਾਂ ਨੇ ਇਜਾਜ਼ਤ ਵੀ ਨਹੀਂ ਦੇਣੀ? ਨਹੀਂ ਕੋਈ ਆਪਣਾ ਸੁਣਾ ਦੋ, ਅਜੇ ਰਿਲੀਜ਼ ਵੀ ਨਹੀਂ ਹੋਇਆ ਕੋਈ। ਕਿਉਂਕਿ ਸਾਡੇ ਕੋਲ ਸਿੰਗਰ ਬੜੇ ਅੱਛੇ ਅੱਛੇ ਨੇ, ਕੋਈ ਰਿਲੀਜ਼ ਸੁਣਾ ਦੋ ਸਰ ਪਿਛਲਾ। ਜਮੀਰ ਭਾਜੀ ਮੈਂ ਹਾਲ ਵੇਖ ਲੈ ਹੀਰਾਂ ਦੇ ਸਭ ਧੋਖੇ ਨੇ ਮੈਂ ਹਾਂ ਭਾਈ ਤਕਦੀਰਾਂ ਦੇ ਤੂੰ ਜਦ ਪੁੱਛਦੇ ਪਿਆਰਾਂ ਲਈ ਵੇ ਦਿਲ ਹਮੀ ਪਰਦਾ ਏ ਮੈਂ ਤੈਨੂੰ ਪਿਆਰ ਤਾਂ ਕਰਦੀ ਆਂ ਵੇ ਦਿਲ ਟੁੱਟਣੋਂ ਡਰਦਾ ਸਰ ਤੁਹਾਡੇ ਅੱਜ ਕੱਲ੍ਹ ਭਜਨ ਬਹੁਤ ਵਧੀਆ ਚੱਲ ਰਹੇ ਆ ਸਰ, ਲੱਗੇ ਰਹੋ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਫਿਲਮ ਕਾਮਯਾਬ ਹੋਵੇ ਤੁਹਾਡੀ। ਬਹੁਤ ਬਹੁਤ ਮੁਬਾਰਕਾਂ ਜੋ ਆਪਾਂ ਟ੍ਰੇਲਰ ਦੇਖਿਆ ਹੈ। ਰਾਜੂ ਵਰਮਾ ਜੀ, ਹਾਂਜੀ ਇਹਨਾਂ ਨੇ ਫਿਲਮ ਲਿਖੀ ਹੈ, ਟੋਨੀ ਜੀ ਨੇ ਡਾਇਰੈਕਟ ਕੀਤੀ, ਬੜੀ ਸਾਰੀ ਫਿਲਮਾਂ ਲਿਖੀਆਂ ਨੇ ਮੈਂ ਇਹਨਾਂ ਨੇ, ਇਹ ਵੀ ਵਧਾਈ ਦੇ ਪਾਤਰ ਨੇ ਔਰ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਕਰੈਕਟਰ ਬੰਨੇ ਹੋਏ ਨੇ ਫਿਲਮ ਦੇ ਵਿੱਚ, ਔਰ ਚਾਹੇ ਉਹ ਬੱਚੇ ਦਾ ਰੋਲ ਹੈ ਚਾਹੇ ਵੱਡੇ ਦਾ ਕਿਸੇ ਦਾ ਵੀ ਹੈ, ਸਾਰਿਆਂ ਨੂੰ ਆਪਣੇ ਆਪਣੇ ਤਰੀਕੇ ਨਾਲ ਇੱਕ ਮੋਤੀਆਂ ਵਾਂਗੂ ਨਾ ਪਰੋ ਕੇ ਉਹਨਾਂ ਨੇ ਮਾਲਾ ਤਿਆਰ ਕੀਤੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਤੁਸੀਂ ਪਲੀਜ਼ 1 ਮਾਰਚ ਨੂੰ ਫਿਲਮ ਦੇਖਣ ਜ਼ਰੂਰ ਜਾਓ ਤੇ ਉਮੀਦ ਹੈ ਪਹਿਲਾਂ ਵਾਂਗੂ ਹੀ ਪਿਆਰ ਦਿਓਗੇ ਜਿੱਦਾਂ ਪਹਿਲਾਂ ਸਾਰਿਆਂ ਨੇ ਕੰਮ ਕੀਤਾ। ਤੁਹਾਡਾ ਗਾਣਾ ਹੈਗਾ ਇਹਦੇ 'ਚ ਕੋਈ? ਨਹੀਂ ਮੇਰਾ ਇਹਦੇ 'ਚ ਗਾਣਾ ਨਹੀਂ ਹੈ, ਮੈਂ ਜਿਹੜਾ ਲੇਟੈਸਟ ਗੀਤ ਆਇਆ ਜੀ ਮੇਰਾ ਉਹ ਸੁਣਾ ਦਿੰਦੀ ਹਾਂ। ਬਾਬੋ ਕੱਢ ਲਿਆ ਸੰਦੂਕ ਚੋਂ ਗਰਾਰਾ ਮੇਲੇ ਨੂੰ ਜਾਣਾ ਬਣੇ ਠਾਣੇ ਕੇ, ਬਾਬੋ ਕੱਢ ਲਿਆ ਸੰਦੂਕ ਚੋਂ ਗਰਾਰਾ ਮੇਲੇ ਨੂੰ ਜਾਣਾ ਬਣੇ ਠਾਣੇ ਕੇ, ਵੇਖੇ ਚੜ ਕੇ ਉਹ ਵੇਖੇ ਚੜ ਕੇ ਚੁਬਾਰੇ ਪਿੰਡ ਸਾਰਾ ਮੇਲੇ ਨੂੰ ਜਾਣਾ ਬਣੇ ਠਾਣੇ ਕੇ। ਰਾਜੂ ਭਾਜੀ ਕਿੰਨੇ ਘੰਟੇ ਦੀ ਫਿਲਮ ਹੈ ਜੀ ਇਹ? ਕਿੰਨੇ ਘੰਟੇ ਦੀ ਬਣੇਗੀ? 2 ਘੰਟੇ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਇੰਸਟੀਚਿਊਟ ਵਾਸਤੇ ਸਾਡੇ ਸਾਰੇ ਵੱਲੋਂ ਵੀ ਬਹੁਤ ਸੋਹਣਾ ਅੱਜ ਮਾਹੌਲ, ਕਿਉਂਕਿ 1 ਮਾਰਚ ਨੂੰ ਸਾਡੀ ਫਿਲਮ ਦਾ ਨਾਮ ਕੀ ਹੈ? ਬੂਮ ਹੈ ਡਰ ਗਈ ਬੂਮ ਹੈ। ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਸਾਡੀ ਸਾਰੀ ਟੀਮ ਨੂੰ, ਖਾਸ ਤੌਰ 'ਤੇ ਟੋਨੀ ਭਾਜੀ ਜਿੱਤਣ ਸਰ ਡਾਇਰੈਕਟਰ ਸਾਹਿਬ, ਕਿਉਂਕਿ ਇੱਕ ਲੜੀ ਦੇ ਵਿੱਚ ਇੰਨੇ ਸਾਰੇ ਕਲਾਕਾਰਾਂ ਨੂੰ ਕਰੋ ਲੈਣਾ
ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਜਿੰਨੇ ਆਰਟਿਸਟ ਫਿਲਮਾਂ 'ਚ ਦੇਖਦੇ ਹੋ ਲਗਭਗ 90% 95% ਆਰਟਿਸਟ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ। ਔਰ ਇਹ ਬੰਦਾ ਵਧਾਈ ਦਾ ਪਾਤਰ ਹੈ ਜਿਹਨਾਂ ਨੇ ਸਾਰਿਆਂ ਨੂੰ ਬਣਦੀ ਜਗ੍ਹਾ ਫਿਲਮ ਦੇ ਵਿੱਚ ਦਿੱਤੀ, ਇੱਕ ਵਾਰੀ ਜ਼ੋਰਦਾਰ ਤਾੜੀ ਵਜਾਓ। ਔਰ ਇਸ ਫਿਲਮ ਦਾ ਥੰਮ ਹੈ ਰਾਜੂ ਵਰਮਾ, ਸਾਡੇ ਰਾਈਟਰ ਜਿਹੜੇ ਇਸ ਫਿਲਮ ਦੇ, ਇਹਨਾਂ ਵਾਸਤੇ ਜ਼ੋਰਦਾਰ ਤਾੜੀ ਵਜਾਓ। ਔਰ ਮੈਂ ਬਹੁਤ ਖੁਸ਼ੀ ਹੋਈ, ਇੰਨਾ ਸੋਹਣਾ ਤੁਸੀਂ ਇੰਤਜ਼ਾਮ ਕੀਤਾ। ਸੋ 1 ਮਾਰਚ ਨੂੰ ਸਾਡੀ ਫਿਲਮ ਵੂਮੈਂਟ ਆਫ ਦੇਖਣ ਨਾ ਭੁੱਲੋ। ਥੈਂਕ ਯੂ ਸੋ ਮਚ। ਇੱਕ ਵਾਰੀ ਅਸੀਂ ਆਨਰ ਕਰ ਲਿਆ, ਉਸ ਤੋਂ ਬਾਅਦ ਟ੍ਰੇਲਰ ਚਲਾਵਾਂਗੇ। ਸੋ ਥੈਂਕ ਯੂ ਸੋ ਮਚ ਕਰਮਾ ਭਾਜੀ, ਟੋਨੀ ਨੱਡਾ ਭਾਜੀ ਅਤੇ ਸਾਡੇ ਭੈਣ ਭਰਾ, ਅਤੇ ਥੈਂਕ ਯੂ ਸੋ ਮਚ ਸਾਰਿਆਂ ਦਾ। ਸੋ ਪਹਿਲਾਂ ਇੱਕ ਵਾਰੀ ਆਨਰ ਕਰਿਓ, ਫਿਰ ਸਾਡਾ ਟ੍ਰੇਲਰ ਰੈਡੀ ਆ, ਅਤੇ ਫਿਰ ਰੋਸ਼ਨ ਭਾਜੀ ਥੋੜ੍ਹਾ ਜਿਹਾ ਮਾਹੌਲ ਬਣਾਉਣਾ। ਸੋ ਥੈਂਕ ਯੂ ਸੋ ਮਚ ਸਾਡੇ ਸਾਰੇ ਸਪੋਂਸਰ, MDV ਗਰੁੱਪ, ਯੋਗੀ ਆਯੁਰਵੇਦਾ ਅਤੇ ਪ੍ਰੋਵਾਈਡ ਇੰਟੀਗ੍ਰੇਸ਼ਨ, ਜਿਨ੍ਹਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਥੈਂਕ ਯੂ ਸੋ ਮਚ ਸਾਡੇ ਸਾਰੇ ਸਪੋਂਸਰਾਂ ਦਾ, ਅਤੇ ਮੀਡੀਆ ਵਾਸਤੇ ਵੀ ਗਿਫਟ, ਥੈਂਕ ਯੂ ਸੋ ਮਚ ਸਾਰੇ ਮੀਡੀਆ ਦਾ ਜਿਹੜੇ ਤੁਸੀਂ ਆਏ ਹੋ, ਅਤੇ ਤੁਹਾਡੇ ਸਾਰਿਆਂ ਵਾਸਤੇ ਵੀ ਗਿਫਟ ਮੈਂ ਰੇਟ ਰੱਖੇ ਜੀ। ਯੈਸ, ਸੋ ਸਾਡੀ ਸਭ ਤੋਂ ਫੇਵਰੇਟ ਯੋਗਾ ਸਰ ਵੀ ਇੱਥੇ ਪੁੱਜੇ, ਜ਼ੋਰ ਦਾ ਤਾੜੀ ਪਲੀਜ਼ ਸਰ ਲਈ ਆਈ ਹੈ। ਜਦ ਤੁਸੀਂ ਛੋਟੇ ਛੋਟੇ ਸੀ ਸਾਰੇ, ਇੱਥੇ ਵੀ ਜਿੰਨੇ ਖੜੇ ਹੈ ਛੋਟੇ ਛੋਟੇ ਸੀਗੇ, ਇਹ 5 ਦਹਾਕੇ ਹੋ ਗਏ ਮੈਨੂੰ, ਪਰ ਮੈਂ ਅੱਜ ਵੀ ਮੈਂ ਤੁਹਾਡੇ ਵਰਗਾ ਹੀ ਹਾਂ। ਮੈਂ ਤੁਹਾਡੇ ਲੈਵਲ 'ਤੇ ਜਾ ਕੇ ਗੱਲ ਕਰਦਾ, ਪਰ ਇੱਕ ਗੱਲ ਮੈਂ ਜ਼ਿੰਦਗੀ ਜ਼ਰੂਰ ਕਹੂੰਗਾ ਜਿਹੜੀ ਮੈਂ ਹਮੇਸ਼ਾ ਪ੍ਰਚਲਿਤ ਕਰੀ ਆ, ਹਮੇਸ਼ਾ ਗੱਲ ਕਹੀ ਹੈ। ਇਹ ਵਡਭਾਗੀ ਆ ਮੈਂ ਕਿ ਮੈਂ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਛੋਟਾ ਜਿਹਾ ਤਿਲਕਾ ਜਿਹਨੇ ਮਾੜੀ ਮੋਟੀ ਚਮਕ ਪਾਈ ਹੈ, ਪਰ ਜੇ ਮਾੜੀ ਗੱਲ ਸੁਣਨਾ ਫਿਰ ਸਾਰਾ ਕੁਛ ਕਰ ਦੂੰਗਾ। ਪਿੱਛੋਂ ਮੇਰੀ ਗੱਲ, ਇੱਕ ਸਮਾਂ ਸੀ, ਗੱਲ ਤਾਂ ਸੁਣ ਲਾ ਸੁਣ, ਇੱਥੋਂ 40 ਕਿਲੋਮੀਟਰ ਦੂਰ ਸੁੱਕੇ ਰੁੱਖਾਂ ਤੇ ਬੈਠੀਆਂ ਕਿੱਤਾਂ ਨੂੰ ਦੇਖ ਸਕੋ ਕਦੀ, ਜਿੱਥੇ ਕਿਤੇ ਤੇਰੀ ਮਾਂ ਦਾ ਹੀਰਾ ਪੇ ਰੱਜ ਕੇ ਛੱਡ ਕੇ ਮਰ ਗਈਆਂ, ਮਰ ਗਈਆਂ, ਤਫਨ ਹੋ ਗਈਆਂ, ਖੜਾ ਹੋ ਗਈਆਂ ਪਹਿਲਾਂ ਅੱਜ ਦਾ। ਇਹ ਤਾਂ ਪੁੱਛੇ ਜੰਗ ਸਿੰਘ ਦੇ ਸਾਹਮਣੇ ਖੜਨ ਲਈ ਕਿਹੜਾ ਕਿਹੜਾ ਰਿਸ਼ਤਾ ਲੈ ਕੇ ਆਈ ਲੋ। ਪਰ ਇੱਕ ਮੇਰੀ ਗੱਲ ਸੁਣੋ, ਮੈਂ ਕਹਿਣਾ ਕਿ ਚਲੋ, ਮੇਰਾ ਤਾਂ ਸੁਪਨਾ ਸੀ ਕਿ ਪੰਜਾਬ ਦੀ ਧਰਤੀ ਦਾ ਰਾਈਟਰ ਹੋਵੇ, ਪੰਜਾਬ ਦੀ ਧਰਤੀ ਦਾ ਪ੍ਰੋਡਿਊਸਰ ਹੋਵੇ, ਪੰਜਾਬ ਦੀ ਧਰਤੀ ਦੇ ਸਾਰੇ ਐਕਟਰ ਹੋਣ ਜਿਹੜੇ ਸਟੇਜਾਂ ਤੇ ਜਾਂ ਟੀਵੀਆਂ ਤੇ ਗੱਲ ਕਰਦੇ ਸੀ ਕਿ ਸਾਨੂੰ ਬੰਬੇ ਜਾ ਕੇ ਮੱਥਾ ਮਾਰ ਕੇ ਟਿਕਣਾ ਪਵੇ, ਉਹ ਸੁਪਨਾ ਰੱਬ ਨੇ ਸਾਕਾਰ ਕੀਤਾ। ਮੈਂ ਸਾਰੇ ਪੰਜਾਬੀ ਆਰਟਿਸਟਾਂ ਦਾ, ਸਾਰੇ ਪੰਜਾਬੀ ਪਰਿਵਾਰ ਦਾ ਤਹਿ ਦਿਲੀ ਧੰਨਵਾਦੀਆਂ ਤੇ ਚਰਨਾਂ 'ਚ ਨਮਸਕਾਰ ਕਰਦਾ। ਹੁਣ ਦੱਸੋ ਕੀ ਸੁਣ, ਜੇ ਪਿਆਰ ਜੈਜ਼ ਹੁੰਦਾ ਤਾਂ ਘਰ ਦੀ ਕੰਧ ਉੱਚੀ ਨਾ ਹੁੰਦੀ, ਜੇ ਪਿਆਰ ਜੈਜ਼ ਹੁੰਦਾ ਤਾਂ ਕਿਸੇ ਪਿਓ ਦੇ ਸਿਰ ਤੇ ਪੱਗ ਨਾ ਹੁੰਦੀ, ਜੇ ਗਹਿਰਾ ਨਾਲ ਖੁਲ ਮਿਲ ਕੇ ਨਾ ਪਿਆਰ ਹੈ ਤੇ ਮਸ ਪਿਆਰ ਦਾ ਵਜੂਦ ਇਸ ਧਰਤੀ ਨੂੰ ਮਿਟਾ ਦੇਵਾਂਗਾ। ਹੱਥ ਜਪਾਲ ਤੇ ਜ਼ੋਰਾਂ ਜਾਣੀ ਸਾਰੀ ਸਟਾਰ ਕਾਸਟ ਦੀ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ
ਪਸਕਾ ਮੈਂ ਤੁਹਾਡੇ ਸਾਰਿਆਂ ਲਈ ਤਾੜੀਆਂ ਮਾਰਨੀ ਚਾਹੁੰਦੀ ਹਾਂ ਕਿਉਂਕਿ ਇੰਨਾ ਵਧੀਆ ਇਵੈਂਟ ਮਤਲਬ ਟ੍ਰੇਲਰ ਲਾਂਚ ਦਾ ਮੈਂ ਕਦੇ ਨਹੀਂ ਦੇਖਿਆ ਆ ਤੁਹਾਡੇ ਸਾਰਿਆਂ ਲਈ ਕਲੈਪ ਸੈਕਿੰਡ ਥੈਂਕਸ ਕਰੂੰਗੀ ਟੋਨੀ ਜੀ ਦਾ ਜਿਹੜੇ ਡਾਇਰੈਕਟਰ ਨੇ ਰਾਜੂ ਵਰਮਾ ਸੀਗਾ ਜਿਨ੍ਹਾਂ ਨੇ ਮੈਨੂੰ ਇਸ ਕਰੈਕਟਰ ਲਈ ਚੁਣਿਆ ਸੋਨੀ ਜੀ ਸਾਡੇ ਪ੍ਰੋਡਿਊਸਰ ਤੇ ਸਾਡੀ ਸਾਰੀ ਸਟਾਰ ਕਾਸਟ ਰੋਸ਼ਨ ਜੀ ਜੋਗਰਾਜ ਸਰ ਤਾਜਨ ਸਰ ਰਾਖੀ ਜੀ ਸਾਰੇ ਜਿੰਨੇ ਵੀ ਸਾਡੀ ਸਟਾਰ ਕਾਸਟ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੇ ਜਿਹੜੀ ਨਹੀਂ ਪਹੁੰਚੀ ਹੋਈ ਉਹਨਾਂ ਸਾਰਿਆਂ ਵੱਲੋਂ ਵੀ ਮੈਂ ਹਾਜ਼ਰੀ ਲਵਾਉਣੀ ਚਾਹੂੰਗੀ ਤੇ ਟ੍ਰੇਲਰ ਤੁਸੀਂ ਦੇਖ ਲਿਆ ਹੋਪ ਤੁਸੀਂ ਸਾਰੇ ਜਣਿਆਂ ਨੇ ਲਾਈਕ ਕੀਤਾ ਹੋਣਾ ਤੇ ਇੰਡਸਟਰੀ ਦਾ ਕਿਹੜਾ ਬੰਦਾ ਜਿਹੜਾ ਇਸ ਫਿਲਮ ਦੇ ਵਿੱਚ ਤੁਹਾਨੂੰ ਨਹੀਂ ਵੇਖਣ ਨੂੰ ਮਿਲੂਗਾ ਸੋ ਤੁਹਾਨੂੰ ਜਿਹੜਾ ਜਿਹੜਾ ਬੰਦਾ ਵੀ ਵਧੀਆ ਲੱਗਦਾ ਉਹਦੇ ਕਰਕੇ ਤੁਸੀਂ ਸਾਰਿਆਂ ਨੇ ਫਿਲਮ ਦੇਖਣ ਜ਼ਰੂਰ ਜਾਣਾ ਇੱਕ ਮਾਰਚ ਨੂੰ ਫਿਲਮ ਆਉਣੀ ਹੈ ਇੱਕ ਵਾਰੀ ਸਾਰੇ ਜਣੇ ਮੈਨੂੰ ਹੂਟਿੰਗ ਕਰਕੇ ਦੱਸ ਦਿਓ ਵੀ ਜਾਓਗੇ ਨਾ ਥੈਂਕ ਯੂ ਸੋ ਮਚ ਜੀ ਜਾਓਗੇ ਵਾਸਤੇ ਥੈਂਕ ਯੂ ਥੈਂਕ ਯੂ ਸੋ ਮਚ ਹਾਂ ਜੀ ਪਲੀਜ਼ ਰਾਖੀ ਹੁੰਦਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਪਤਾ ਹੁੰਦਾ ਤੈਨੂੰ ਦਿਲ ਨਾ ਦਿੰਦੇ ਫਿਲਮ ਹੋਰ ਸਸਤੇ ਬਣ ਜਾਣੇ ਸੀ ਜੇ ਤੁਸੀਂ ਐਕਟਿੰਗ ਦਾ ਪੈ ਜਾਂਦੇ ਸਹੀ ਗੱਲ ਹੈ ਸਾਰਿਆਂ ਨੇ ਰਲ ਮਿਲ ਕੇ ਫਿਲਮ ਪੂਰੀ ਕੀਤੀ ਆ ਸੋ ਬਹੁਤ ਹੀ ਪ੍ਰਾਊਡ ਵਾਲੀ ਗੱਲ ਕੀ ਸਾਡੇ ਯੋਗਰਾਜ ਸਰ ਸਾਡੇ ਸਾਹਮਣੇ ਬੈਠੇ ਆ ਸਰ ਇਹ ਪ੍ਰਾਊਡ ਮੂਮੈਂਟ ਆ ਸਾਡੇ ਲਈ ਸੋ ਸਾਡੀ ਫਿਲਮ ਦੀ ਜਿੱਤ ਜਾਣ ਯੋਗਰਾਜ ਸਰ ਲਈ ਜ਼ੋਰਦਾਰ ਤਾੜੀਆਂ ਪਲੀਜ਼ ਇੱਕ ਵਾਰੀ ਇੰਨੇ ਜ਼ਿੰਦਾ ਦਿਲ ਇਨਸਾਨ ਅਸੀਂ ਅੱਜ ਤੱਕ ਨਹੀਂ ਦੇਖਿਆ ਜ਼ਿੰਦਾ ਦਿਲ ਇਨਸਾਨ ਸੋ ਸਰ ਗੋਡ ਬਲੈਸ ਯੂ ਰਾਜੂ ਵਰਮਾ ਜੀ ਨੇ ਫਿਲਮ ਨੂੰ ਲਿਖਿਆ ਅਨਮੋਲ ਹੈ ਤੁਹਾਡੇ ਨਾਲ ਨਿਸ਼ਾ ਰੋਸ਼ਨ ਪ੍ਰਿੰਸ ਈਸ਼ਾ ਰਿਖੀ ਮਨਜੀਤ ਟੋਨੀ ਜੀ ਨੇ ਡਾਇਰੈਕਟ ਕੀਤੀ ਹੈ ਫਿਲਮ ਨੂੰ ਬਹੁਤ ਵੱਡੀ ਸਟਾਰ ਕਾਸਟ ਹੈ ਇੱਕ ਰਿਸ਼ੀ ਮੈਮ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਹੈ ਮੇਰੇ ਖਿਆਲ 'ਚ ਸੋ ਤੁਸੀਂ ਸਾਰਿਆਂ ਨੇ ਜ਼ਰੂਰ ਵੇਖਣ ਜਾਣਾ ਹੈ ਅੱਜ ਟ੍ਰੇਲਰ ਨੂੰ ਤੁਸੀਂ ਦੇਖ ਲਿਆ ਇੱਕ ਮਾਰਚ ਨੂੰ ਫਿਲਮ ਬੂਮ ਹੈ ਥੈਂਕ ਯੂ ਸੋ ਮਚ ਹਾਜ਼ਰ ਜ਼ਰੂਰ ਕਰੋ ਪਲੀਜ਼ ਆਪਾਂ ਤੁਹਾਡੇ ਤੋਂ ਵੀ ਸੁਣਦੇ ਹਾਂ ਕੁਛ ਇੱਦਾਂ ਨਹੀਂ ਮਾਈਕ ਪਾਸ ਕਰਨ ਦੇਣਾ ਆ ਤੁਹਾਡੀਆਂ ਚੀਕਾਂ ਜੀ ਨੇ ਧਰਮ ਨਾਲ ਮੈਨੂੰ ਕੀਲ ਕੇ ਰੱਖਤਾ ਇੱਕ ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੀ ਆਈ ਚੀਕਾਂ ਮਾਰਨੀਆਂ ਭੁੱਲਣਾ ਨੀ ਫਿਲਮ ਬੂ ਮੈਂ ਡਰ ਗਈ ਤੇ ਘਰੇ ਆ ਕੇ ਵੀ ਤੁਸੀਂ ਡਰੀ ਜਾਣਾ ਠੀਕ ਹੈ ਜੀ ਸੋ ਸਾਡੇ ਡਾਇਰੈਕਟਰ ਸਾਹਿਬ ਮੇਰਾ ਛੋਟਾ ਵੀਰ ਟੋਨੀ ਔਰ ਬਾਕੀ ਸਾਰੇ ਸਾਡੀ ਸਟਾਰ ਕਾਸਟ ਜੀ ਅੱਧੀ ਤਾਂ ਸਟਾਰ ਕਾਸਟ ਪਹੁੰਚੀ ਨਹੀਂ ਕਿਉਂਕਿ ਕਈਆਂ ਦੀ ਸ਼ੂਟਿੰਗ ਹੁੰਦੀਆਂ ਤੇ ਬਾਕੀ ਰਾਜੂ ਵਰਮਾ ਇਹਨਾਂ ਦੀਆਂ ਤਾਂ ਬਹੁਤ ਸਾਰੀਆਂ ਹਿੱਟ ਮੂਵੀਜ਼ ਤੁਸੀਂ ਦੇਖ ਹੀ ਚੁੱਕੇ ਹੋ ਸੋ ਇਹ ਕੋਈ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਰਾਜੂ ਵਰਮਾ ਸੋ ਬਹੁਤ ਵਧੀਆ ਮੇਰਾ ਜਿਹੜਾ ਇਹਦੇ ਵਿੱਚ ਕਰੈਕਟਰ ਹੈ ਮੈਂ ਬਸ ਇੰਨਾ ਕੁ ਕਰੈਕਟਰ ਹੈ ਵੀ ਮੈਂ ਸਾਰੀ ਫਿਲਮ 'ਚ ਮੈਂ ਮਿਸਤਰੀ ਦਾ ਕਰੈਕਟਰ ਕਰ ਰਿਹਾ ਤੁਹਾਡੇ ਵਿੱਚ ਤੇ ਮੈਂ ਸਾਰਿਆਂ 'ਤੇ ਰੰਗਾ ਲਾਉਣਾ ਰੰਗਾਂ ਮੈਂ ਕਿਵੇਂ ਕਿਵੇਂ ਕਿੱਥੇ ਕਿੱਥੇ ਕਿਹਦੇ ਕਿਹਦੇ ਲਾਊਂਗਾ ਇਹ ਜਦੋਂ ਤੁਸੀਂ ਫਿਲਮ ਦੇਖਣ ਜਾਓਗੇ
ਉਦੋਂ ਤੁਹਾਨੂੰ ਪਤਾ ਲੱਗਣਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਡਾ ਸੋਨੀ ਵੀ ਸਾਡੇ ਪ੍ਰੋਡਿਊਸਰ ਸਾਰੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸੋ ਇਹ ਚੀਕਾਂ ਤੁਹਾਡੀਆਂ ਇੱਥੇ ਨਾ ਰਹਿ ਜਾਣੀਆਂ ਸਿਨੇਮਾ ਘਰਾਂ 'ਚ ਵੀ ਚਾਹੀਦੀਆਂ 1 ਮਾਰਚ ਨੂੰ ਠੀਕ ਹੈ ਜੀ ਸੋ ਬਹੁਤ ਵਧੀਆ ਫਿਲਮ ਹੈ ਟ੍ਰੇਲਰ ਤੁਸੀਂ ਦੇਖ ਲਿਆ ਤੇ ਕਿੱਡਾ ਕੁ ਵਧੀਆ ਜਿਹੜਾ ਟ੍ਰੇਲਰ ਹੈ ਕਿੱਡਾ ਸੋਹਣਾ ਫਿਲਮ ਇਸ ਤੋਂ ਕਿਤੇ ਅੱਗੇ ਹੋਣੀ ਹੈ ਔਰ ਨਵੀਂ ਤੁਹਾਨੂੰ ਗੱਲਬਾਤ ਨਵਾਂ ਸਬਜੈਕਟ ਮਿਲੂਗਾ ਆਓ ਜੀ ਅਗਲੀ ਗੱਲ ਸਾਨੂੰ ਕਿਹਾ ਫਿਰ ਤੁਸੀਂ ਇੱਥੇ ਆਏ ਹੋ ਮੈਂ ਥੋੜ੍ਹੀ ਜਿਹੀ ਚਿੱਟੇ ਕਰਾਉਂਦਾ ਜੀ ਮੈਂ ਬਾਪੂ ਦਾ ਰੋਲ ਕਰੂੰਗਾ ਮੈਂ ਜੜ ਕੇ ਨਿਕਲੂੰਗਾ ਸਾਡੀ ਫਿਲਮ ਦੇ ਰਾਈਟਰ ਰਾਜੀਵ ਵਰਮਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਕਾਇਮ ਹੋ ਸਾਰੇ ਸੋ ਇਹਨੂੰ ਕਿਹਾ ਮੈਨੂੰ ਕਿਹਾ ਲਿਖਿਆ ਹੈ ਮੈਨੂੰ ਕਹਿੰਦਾ ਮੈਂ ਲਿਖਿਆ ਸਬਜੈਕਟ ਜੇ ਝੂਠ ਬੋਲਦਾ ਹੁਣੇ ਢਾ ਗਿਆ ਉਹਨੂੰ ਕਿਹਾ ਜਿਓਗ੍ਰਾਫੀ ਰੋਮੈਂਟਿਕ ਲਿਖਦਾ ਨੀ ਲਿਖਦਾ ਕਿਉਂਕਿ ਬਾਪੂ ਜੀ ਦਾ ਹੁਕਮ ਸਿਰ ਮੱਥੇ ਤੋਂ ਸਾਰਿਆਂ ਨੂੰ ਬਹੁਤ ਪਿਆਰ ਤੇ ਸਭ ਤੋਂ ਵੱਡੀ ਗੱਲ ਕੀ ਹੈ ਜਦੋਂ ਵੀ ਇੱਥੇ ਆਉਂਦੇ ਇੰਨਾ ਪਿਆਰ ਮਿਲਦਾ ਹੈ ਖੁਸ਼ੀ ਬਹੁਤ ਹੁੰਦੀ ਹੈ ਸੋ ਜਿੰਨੀਆਂ ਫਿਲਮਾਂ ਪਹਿਲਾਂ ਸੀ ਚਾਹੇ ਨੀ ਮੈਂ ਸੱਸ ਕੁੱਟਣੀ ਚਾਹੇ ਮੁਕਲਾਵਾ ਸਭ ਨੂੰ ਪਿਆਰ ਦਿੱਤਾ ਹੈ ਫਿਲਮ ਨੂੰ ਵੀ ਤੁਸੀਂ ਉੱਦਾਂ ਹੀ ਪਿਆਰ ਦਿਓਗੇ ਤੂੰ ਮੈਂ ਡਰ ਗਈ 1 ਤਰੀਕ ਨੂੰ ਸੋ ਸਾਰਿਆਂ ਨੇ ਜ਼ਰੂਰ ਪਹੁੰਚਣਾ ਸੋ ਕਰਮੇ ਬਾਈ ਦਾ ਸਾਡੇ ਪ੍ਰੋਡਿਊਸਰ ਸਾਹਿਬ ਸੋਨੀ ਨੇਡੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਹੌਸਲਾ ਦਿਖਾਇਆ ਸਾਡੀ ਇਹ ਫਿਲਮ ਬਣਾਈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਹਾਂਜੀ ਸਾਡਾ ਹੁਣ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਲੱਗਿਆ ਟ੍ਰੇਲਰ ਪਹਿਲਾਂ ਤਾਂ ਇੱਦਾਂ ਦੱਸੋ ਕਿਆ ਬਾਤ ਹੈ ਅਸੀਂ ਕਾਫੀ ਟਾਈਮ ਲਗਾ ਕੇ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਬਣਾਇਆ ਤੇ ਬਸ ਤੁਸੀਂ 1 ਮਾਰਚ ਨੂੰ ਥੀਏਟਰ ਦੇ ਵਿੱਚ ਜਾ ਕੇ ਵੀ ਇਹਨੂੰ ਇੰਨਾ ਹੀ ਪਿਆਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੂ ਮੈਂ ਡਰ ਗਈ ਇਹਨੂੰ ਮੇਰੀ ਸਿਫਾਰਿਸ਼ ਕਰੋ ਸੋਹਣਿਓ ਡਾਇਰੈਕਟਰ ਯੋਗਰਾਜ ਸਰ ਦੇ ਲਈ ਰਾਜੂ ਭਾਜੀ ਲਿਖ ਰਹੇ ਆ ਸਕ੍ਰਿਪਟ ਤੇ ਬੜੀ ਜਲਦੀ ਤੁਹਾਨੂੰ ਇੱਕ ਰੋਮੈਂਟਿਕ ਫਿਲਮ ਦੇ ਵਿੱਚ ਅੱਜ ਕਮਿਟਮੈਂਟ ਹੋ ਗਈ ਤੇ ਰਾਸ਼ਨ ਭਾਜੀ ਬਾਪੂ ਦਾ ਬਹੁਤ ਸਾਰੀਆਂ ਫਿਲਮਾਂ 'ਚ ਇਸ ਬੱਚੇ ਨੂੰ ਤੁਸੀਂ ਵੇਖਿਆ ਲਾਵਾਂ ਫੇਰੇ 'ਚ ਵੀ ਵੇਖਿਆ ਦੁਲਾਰੀਆਂ ਦੇ ਵਿੱਚ ਵੀ ਦੇਖਿਆ ਔਰ ਹੁਣ ਤੁਸੀਂ ਬੂਹ ਮੈਂ ਡਰਦੀ 'ਚ ਵੀ ਵੇਖੋਗੇ ਅਨਮੋਲ ਵਰਮਾ ਇੱਕ ਵਾਰੀ ਤਾੜੀ ਵਜਾਓ ਬੱਚੇ ਦਾ ਹੌਸਲਾ ਜੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਦਿੱਤੀ ਸੋ ਮੈਂ ਦੁਬਾਰੇ ਬੁਲਾ ਕੇ ਥੋੜ੍ਹਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ ਜਿਹਨੇ ਜਿਹਨੇ ਅਰਦਾਸ ਫਿਲਮ ਦੇਖੀ ਇੱਕ ਵਾਰੀ ਖਿੱਚ ਕੇ ਤਾੜੀਆਂ ਮਾਰ ਦਿਓ ਜਿਹਨੂੰ ਜਿਹਨੂੰ ਵਧੀਆ ਲੱਗੀ ਡਿਊਟੀ ਕਰਕੇ ਤੁਸੀਂ ਕਿੱਥੇ ਤਾਂ ਪਛਾਣ ਨੂੰ ਹਟ ਕੇ ਕਰਨ ਲੱਗਦਾ ਮੈਨੂੰ ਪੱਕਾ ਹੀ ਪੜਕਾ ਬੰਨ ਕੇ ਆਉਣਾ ਪਿਆ ਰਿਹਾ ਪ੍ਰਮੋਸ਼ਨ ਦੇ ਸੋ 1 ਮਾਰਚ ਨੂੰ ਜ਼ਰੂਰ ਦੇਖਣ ਜਾਇਓ ਬੂ ਮੈਂ ਡਰ ਗਈ ਇੱਕ ਵਾਰੀ ਚੀਕਾ ਮਾਰ ਕੇ ਦੱਸ ਦਿਓ ਜੇ ਟ੍ਰੇਲਰ ਵਧੀਆ ਲੱਗਿਆ ਕੂਕਾ ਮਾਰ ਦਿਓ ਇੱਕ ਵਾਰੀ ਜ਼ੋਰ ਨਾਲ ਪਤਾ ਲੱਗਦਾ ਮੈਂ ਰਾਤ ਕੋਲ ਜਾ ਥੈਂਕ ਯੂ ਔਰ ਸਭ ਤੋਂ ਆਖਿਰ ਸਾਡੀ ਫਿਲਮ ਦੇ ਪ੍ਰੋਡਿਊਸਰ ਵਾਸਤੇ ਤਾਂ ਡਬਲ ਤਾੜੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਫਿਲਮਾਂ ਨੂੰ ਬਚਾਉਣ ਦੇ ਵਿੱਚ ਚੰਗੀਆਂ ਫਿਲਮਾਂ ਬਣਾਉਣ ਦੇ ਵਿੱਚ ਪ੍ਰੋਡਿਊਸਰ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਜਿਨ੍ਹਾਂ ਨੇ ਆਪਣੀ ਮਿਹਨਤ ਕਮਾਈ ਦੇ ਵਿੱਚ ਜਿਹੜਾ ਪੈਸੇ ਖਰਚ ਕੇ ਸਾਡੇ ਸਾਰਿਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਫਿਲਮ ਬਣਾਈ ਹੈ ਸੋਨੀ ਨੱਡਾ ਜੀ ਇੱਕ ਵਾਰੀ ਜ਼ੋਰਦਾਰ ਤੁਹਾਡੀ ਸੋਨੀ ਅਗਰ ਸਾਡੀ ਫਿਲਮ ਦੇ ਵਿੱਚ ਕੰਮ ਵੀ ਕਰ ਰਹੇ ਗੁੰਡਾ ਸਭ ਤੋਂ ਪਹਿਲਾਂ ਸਾਰਿਆਂ ਦਾ ਇੱਥੇ ਐਪੀਸੋਡ ਆ ਸਾਰੀ ਟੀਮ ਦਾ 1 ਮਾਰਚ ਨੂੰ ਆਪਣੀ ਫਿਲਮ ਆ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਸਾਰਿਆਂ ਨੇ ਹੀ ਪਹੁੰਚਣਾ ਹੈ 1 ਮਾਰਚ ਨੂੰ
ਤੂੰ ਮੈਂ ਕਰ ਕੀ ਕਿਆ ਬਾਤ ਹੈ ਜੀ। ਯੈਸ ਕ੍ਰਿਸ਼ਨ ਭਾਜੀ, ਹੁਣ ਜਿਵੇਂ ਟ੍ਰੇਲਰ ਲਾਂਚ ਹੋਇਆ ਇੰਡੀਵਿਜੁਅਲ ਲੈਵਲ ਤੇ, ਸੋ ਖੁਸ਼ੀ ਦਾ ਮੌਕਾ, ਮੂੰਹ ਮਿੱਠਾ ਤਾਂ ਕਰਨਾ ਬਣਦਾ, ਕਿਉਂਕਿ ਚਾਹੇ ਚੋਰੀ ਤੇ ਤੁਹਾਡੇ ਲਈ ਚੋਰੀ ਵੀ ਆਈ ਹੈ ਜੀ। ਅਮੈਰਾ ਗਰੁੱਪ ਵਾਲਾ ਚਾਹੇ ਚੋਰੀ, ਤੁਹਾਡਾ ਮੂੰਹ ਮਿੱਠਾ ਕਰਾ ਗਈ ਸਾਰਿਆਂ ਨੇ। ਦੇਸੀ ਘਿਓ ਦੀ, ਪਿਓਰ ਦੇਸੀ ਘਿਓ ਦੀ ਚੋਰੀ ਆ ਜੀ। ਮੇਰੇ ਸੋਨੀ ਭਾਜੀ ਨੇ ਸਪੈਸ਼ਲੀ ਮੰਗਵਾਈ ਹੈ, ਹੈ ਨਾ। ਸੋ ਸੋਨੀ ਭਾਜੀ, ਅੱਛਾ ਮੈਂ ਹੁਣ ਥੋੜ੍ਹਾ, ਕਿਉਂਕਿ ਰੋਸ਼ਨ ਭਾਜੀ ਮੈਂ ਵਿੱਚ ਮੈਂ ਰੋੜਾਂ ਨੂੰ ਬੰਨਦਾ, ਕਿਉਂਕਿ ਸਾਰੇ ਦੇ ਸਾਰੇ ਤੁਹਾਨੂੰ ਸੁਣਨ ਵਾਸਤੇ ਬੈਠੇ ਨੇ। ਸੋ ਰੋਸ਼ਨ ਭਾਈ ਨੂੰ ਜਿਹੜੇ ਜਿਹੜੇ ਸੁਣਨ ਵਾਸਤੇ ਬੈਠੇ ਨੇ, ਇੱਕ ਵਾਰੀ ਜ਼ੋਰਦਾਰ ਰੋਟੀ ਮਿਲਾ ਕੇ ਦਿਖਾਓ। ਸਾਡੇ ਫਿਲਮ ਦੇ ਪ੍ਰੋਡਿਊਸਰ ਕਰਮਾ ਭਾਜੀ, ਉਹ ਵੀ ਇੱਕ ਆਡੀਅੰਸ 'ਚ ਬੈਠੇ, ਉਹਨਾਂ ਨੂੰ ਦੇਖਦੇ ਹੋ, ਤੁਸੀਂ ਪਲੀਜ਼ ਸਟੇਜ 'ਤੇ ਆ ਜਾਓ ਜੀ। ਕਰਮਾ ਜੀ, ਉਹ ਪੰਜਾਬੀ ਬੋਲਣਾ ਸੀ, ਉਹ ਮੇਰੇ ਲੋਕ ਤੇ, ਉਹ ਮੇਰੀ ਲੁੱਕ ਤੇ ਮਰਜ਼ੀ ਸੀ ਤੇ ਮੈਂ ਉਹ ਅਗਲੀ ਲਾਈਨ ਤੁਸੀਂ ਗਾਓ ਜਰਾ। ਪਿੰਡ ਦੀ ਪਿਛਲੀ ਫਿਰਨੀ ਉੱਤੇ ਹੁੰਦੀਆਂ ਸੀ ਇੱਕੋ ਛਤਰੀ ਥੱਲੇ ਕਿੰਨੀਆਂ ਹੁੰਦੀਆਂ ਸੀ, ਹਾਂ ਬੜੀ ਬਿਜਲੀਆਂ ਕੜਕਦੀਆਂ, ਮੈਂ ਹੱਥੇ ਉਹਦੇ ਟੁੱਟ ਕੇ ਫੜਦਾ ਸੀ, ਉਹ ਮੇਰੀ ਲੁੱਕ ਤੇ ਮੈਂ ਉਹਦੇ, ਉਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ। ਸੋ ਇਹ ਮੇਰੀ ਯਾਦ ਕਰਵਾਈ ਹੈ ਕਿ 1 ਮਾਰਚ ਤੂੰ ਮੈਂ ਦਰਦੀ। ਥੈਂਕ ਯੂ ਸੋ ਮਚ ਸਾਰੇ ਦਰਸ਼ਕ, ਹੁਣ ਵਾਸਤੇ ਬਹੁਤ ਮਿਹਰਬਾਨੀ, ਅਜੀ ਆ ਬਾਤ ਭਾਈ ਭਾਈ। ਇੱਕ ਨਾ ਇੱਕ ਚੀਜ਼ ਹੋਰ, ਇੱਥੇ ਆਡੀਅੰਸ ਨੂੰ ਕੁੜੀਆਂ ਰੋਲਾ ਪਾ ਰਹੀ ਸੀ, ਉਹਨਾਂ ਨੇ ਗਾਣਾ ਸੁਣਨਾ ਬੱਸ ਤੂੰ, ਇਹ ਗਾਣਾ ਬਣਦਾ ਇੰਨਾ ਵਧੀਆ ਮੌਸਮ, ਇੰਨਾ ਵਧੀਆ ਮਾਹੌਲ ਹੈ, ਇੰਨਾ ਰੋਮਾਂਟਿਕ ਗਾਣਾ ਹੋਵੇ ਤੁਹਾਡੀ ਆਵਾਜ਼ ਦੇ ਵਿੱਚ, ਬੱਸ ਤੂੰ। ਸਭ ਤੋਂ ਪਹਿਲਾ ਗਾਣਾ ਜਿਹੜਾ ਮੇਰਾ ਰਿਲੀਜ਼ ਹੋਇਆ, ਜੇ ਚੰਨ ਚੋਂ ਚਾਨਣੀ ਮੁੱਕ ਜਾਵੇ, ਸਾਗਰ ਚੋਂ ਪਾਣੀ ਸੁੱਕ ਜਾਵੇ, ਹਰ ਦਿਲ ਦੀ ਧੜਕਣ ਰੁਕ ਜਾਵੇ, ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ। ਜੇ ਚੰਨ ਚੋਂ ਚਾਨਣੀ ਮੁੱਕ ਜਾਵੇ, ਮੇਰੀ ਜਾਨ ਤੇਰੇ ਵਿੱਚ ਵਸਦੀ, ਤਾੜੀ ਦੇ ਨਾਲ ਮੱਠੀ ਮੱਠੀ ਤਾੜੀ, 1 2 3 ਮੇਰੀ ਜਾਨ ਤੇਰੇ ਵਿੱਚ ਵਸਦੀ, ਤੂੰ ਜਿੰਦ ਕੱਢ ਲੈਣੀ ਹੈ ਹੱਸਦੀ, ਮੇਰੀ ਜਾਨ ਤੇਰੇ ਵਿੱਚ ਵਸਦੀ, ਤੂੰ ਜਿੰਦ ਕੱਢ ਲੈਣੀ ਹੈ ਹੱਸਦੀ, ਰੂਹ ਖਿੜ ਜਾਂਦੀ ਹੈ ਤੱਕ ਕੇ ਤੇਰਾ ਤੇਰਾ ਮੂੰਹ, ਮੇਰੇ ਚੱਲਦੇ ਨੇ ਜੋ ਸਾਰ ਬਸ ਤੂੰ, ਬਸ ਤੂੰ ਮੇਰੇ ਚੱਲਦੇ ਨੇ ਜੋ ਸਾਰਾ ਦੀ ਕੋ ਵਜਾ, ਬਸ ਤੂੰ, ਬਸ ਤੂੰ, ਬਸ ਤੂੰ, ਬਸ ਤੂੰ, ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਣਾਂ ਦੀਆਂ ਬਾਰਿਸ਼ਾਂ, ਕਹਿੰਦੀਆਂ ਛੱਡ ਕੇ ਨਾ ਜਾ, ਹੌਲੀ ਹੌਲੀ ਜ਼ਿੰਦਗੀ ਚੋਂ ਕੱਢ ਗਈਆਂ ਭਾਵੇਂ ਸਾਨੂੰ, ਦਿਲ ਵਿੱਚੋਂ ਕੱਢ ਕੇ ਨਾ ਜਾ, ਦਿਲ ਵਿੱਚੋਂ ਕੱਢ ਕੇ ਨਾ ਜਾ। ਥੈਂਕ ਯੂ, ਥੈਂਕ ਯੂ ਸੋ ਮਚ।
ਅੱਛਾ ਠੀਕ ਹੈ ਮੈਂ ਭਾਅ ਜੀ ਤੋਂ ਮੈਮ ਭਾਅ ਜੀ ਮੇਰੀ ਇੱਕ ਫਰਮਾਇਸ਼ ਹੈ ਤੁਹਾਡੇ ਨਾ ਮੈਂ ਤੁਹਾਡਾ ਗਾਣਾ ਮਤਲਬ ਮੈਂ ਸੌਂਗ ਖਾਂਦੀ ਹਾਂ ਮੈਂ ਸੀਰੀਅਸਲੀ ਮੈਂ ਬਹੁਤ ਜ਼ਿਆਦਾ ਸੁਣਦਾ ਰਿਹਾ ਨਾ ਅਤੇ ਇੱਕ ਵਾਰੀ ਮੈਂ ਉਹ ਸੁਣਨਾ ਚਾਹੂੰਗਾ ਅਤੇ ਉਸ ਤੋਂ ਬਾਅਦ 'ਚ ਇੱਕ ਵਾਰੀ ਮੈਂ ਅਨਮੋਲ ਸਰ ਵੀਰੇ ਨੂੰ ਬੇਨਤੀ ਕਰੂੰਗਾ ਵੀਰੇ ਤੁਸੀਂ ਵੀ ਆ ਜਾਓ ਕਿਉਂਕਿ ਤੁਹਾਡੇ ਤੋਂ ਪਹਿਲਾਂ ਮੈਂ ਯੂਨੀ ਪਰਫੋਰਮ ਕਰਕੇ ਜਿਹੜਾ ਸਾਰੇ ਜਾਵਾਂ ਬਾਅਦ ਹੋ ਅਨਮੋਲ ਸਰ ਵੀਰਾ ਸਾਡਾ ਅਤੇ ਭਾਅ ਜੀ ਮੈਂ ਪਹਿਲਾਂ ਉਹ ਸੁਣ ਗਿਆ ਮੈਂ ਆਪਣੀ ਪਸੰਦ ਸੁਣਾ ਦਿਲ ਕਰਦਾ ਸੁਣਾ ਮੈਂ ਹਾਲ ਵੇਖ ਲੈ ਹੀਰਾ ਦੇ ਸਭ ਸੌਖੇ ਨੇ ਤਕਦੀਰਾਂ ਦੇ ਤੂੰ ਜਦ ਪੁੱਛਦੇ ਪਿਆਰਾ ਵੇਖ ਹਮੀ ਪਰਦਾਏ ਮੈਂ ਤੈਨੂੰ ਪਿਆਰ ਤਾਂ ਕਰਦੀ ਹਾਂ ਵੇ ਦਿਲ ਇੱਕ ਦਿਲ ਕਰਦਾ ਕੱਢੀ ਨੀ ਸਿੱਖਣਾ ਰਾਤ ਇੱਕ ਦਿਲ ਕਰਦਾ ਕੋਣੀ ਸਿੱਖਣਾ ਬਾਤ ਹੋ ਗਿਆ ਇੱਕ ਦਿਲ ਕਰਦਾ ਕੱਢਣੀ ਸਿੱਖਣਾ ਰਾਤ ਹੋ ਗਿਆ ਇੱਕ ਦਿਲ ਕਰਦਾ ਕੋਣੀ ਸਿੱਖਣਾ ਬਾਤ ਹੋ ਗਿਆ ਇਹ ਕਹਿ ਕੇ ਮੇਰਾ ਦਿਲ ਮੇਰੇ ਨਾਲ ਲੜਦਾ ਮੈਂ ਤੈਨੂੰ ਪਿਆਰ ਤਾਂ ਕਰਦੀ ਹਾਂ ਵੇ ਦਿਲ ਟੁੱਟਣਾ ਡਰਦਾ ਹੈ।